ਮੱਥਾ ਟਿਕਾਉਣ ਲਈ ਲੈ ਕੇ ਗਏ ਕਿਉਂਕਿ ਵੀਲ ਚੇਅਰ ਨੂੰ ਸੱਚਖੰਡ ਅੰਦਰ ਨਹੀਂ ਲਿਜਾਇਆ ਜਾਂਦਾ ਇਸ ਲਈ ਪਰਮਿੰਦਰ ਨੂੰ ਕਮੇਟੀ ਦੇ ਸੇਵਾਦਾਰ ਆਪਣੀ ਪਿੱਠ ਤੇ ਚੁੱਕ ਕੇ ਮੱਥਾ ਟਿਕਾਉਣ ਲਈ ਅੰਦਰ ਲੈ ਕੇ ਗਏ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਦੇ ਵਿੱਚ ਉਸ ਵੇਲੇ ਸੁਖਾਸਨ ਦੀ ਅਰਦਾਸ ਚੱਲ ਰਹੀ ਸੀ ਜਦੋਂ ਪਰਮਿੰਦਰ ਨੂੰ ਅੰਦਰ ਲਿਜਾਇਆ ਗਿਆ ਅਰਦਾਸ ਦੌਰਾਨ ਪਰਮਿੰਦਰ ਦੇ ਪਿਤਾ ਨੇ ਕੋਸ਼ਿਸ਼ ਕੀਤੀ ਕਿ ਪਰਮਿੰਦਰ ਵੀ ਆਪਣੇ ਪੈਰਾਂ ਤੇ ਖੜਾ ਹੋ ਸਕੇ ਪਰ ਬਿਮਾਰੀ ਕਾਰਨ ਅਸਮਰੱਥ ਪਰਮਿੰਦਰ ਨੇ ਕੋਸ਼ਿਸ਼ ਕੀਤੀ ਪਰ ਉਹ ਖੜਾ ਨਾ ਹੋ ਸਕਿਆ ਦੂਜੀ ਵਾਰ ਫਿਰ ਪਰਮਿੰਦਰ ਨੇ ਕੋਸ਼ਿਸ਼ ਕੀਤੀ ਤੇ ਸਹਾਰਾ ਲੈ ਕੇ ਪਰਮਿੰਦਰ ਖੜਾ ਹੋ ਗਿਆ ਪਰ ਥੋੜੀ ਦੇਰ ਬਾਅਦ ਹੀ ਹੇਠਾਂ ਡਿੱਗ ਪਿਆ ਗੁਰੂ ਦੀ ਹਜ਼ੂਰੀ ਦੇ ਵਿੱਚ ਪਰਮਿੰਦਰ ਨੇ ਤੀਜੀ ਵਾਰ ਫਿਰ ਆਪਣੇ ਆਪ ਖੜਾ ਹੋਣ ਦੀ ਕੋਸ਼ਿਸ਼ ਕੀਤੀ ਅਤੇ ਫਿਰ ਹੋਇਆ ਉਹ ਜਿਸ ਤੇ ਸਭ ਹੈਰਾਨ ਰਹਿ ਗਏ ਕਿਉਂਕਿ ਪਰਮਿੰਦਰ ਆਪਣੇ ਪੈਰਾਂ ਤੇ ਖੜਾ ਸੀ ਉਹ ਵੀ ਬਿਨਾਂ ਕਿਸੇ ਸਹਾਰੇ ਪਰਮਿੰਦਰ ਖੁਦ ਵੀ ਹੈਰਾਨ ਸੀ ਕਿ ਉਹ ਆਪਣੀਆਂ ਲੱਤਾਂ ਤੇ ਖੜਾ ਕਿਵੇਂ ਹੋ ਗਿਆ ਇੰਨਾ ਹੀ ਨਹੀਂ ਅਰਦਾਸ ਉਪਰੰਤ ਉਸਨੇ ਮੱਥਾ ਵੀ ਖੁਦ ਟੇਕਿਆ ਅਤੇ ਮੁੜ ਕੇ ਦੁਬਾਰਾ ਖੜਾ ਵੀ ਖੁਦ ਹੋਇਆ ਬਿਨਾਂ ਕਿਸੇ ਸਹਾਰੇ ਦੇ ਇਸ ਨੂੰ ਗੁਰੂ ਦੀ ਕਿਰਪਾ ਕਹੋ ਜਾਂ ਕੁਦਰਤ ਦਾ ਕ੍ਰਿਸ਼ਮਾ ਪਰ ਪਰਮਿੰਦਰ ਆਪਣੇ ਪੈਰਾਂ ਤੇ ਖੜਾ ਸੀ ਪਰਮਿੰਦਰ ਦੀ ਆਵਾਜ਼ ਆਉਣੀ ਹਲੇ ਬਾਕੀ ਸੀ ਗੁਰੂ ਘਰ ਤੋਂ ਬਾਹਰ ਆ ਕੇ ਜਦੋਂ ਉਸ ਨੂੰ ਦੇਗ ਯਾਨੀ ਕਿ ਕੜਾਹ ਪ੍ਰਸ਼ਾਦ ਛਕਾਇਆ ਗਿਆ ਤਾਂ ਪਰਮਿੰਦਰ ਦੀ ਆਵਾਜ਼ ਵੀ ਵਾਪਸ ਆ ਗਈ ਪਰਮਿੰਦਰ ਅਤੇ ਉਸਦਾ ਪਰਿਵਾਰ ਇਸ ਨੂੰ ਸਿਰਫ ਤੇ ਸਿਰਫ ਗੁਰੂ ਦੀ ਕਿਰਪਾ ਹੀ ਮੰਨ ਰਿਹਾ ਇਹਨੂੰ ਤਕਲੀਫ ਹੋ ਗਈ ਅਚਾਨਕ ਕੁਛ ਪਤਾ ਨਹੀਂ ਚੱਲਿਆ ਇੱਕ ਮਹੀਨੇ ਤੋਂ ਪਹਿਲਾਂ ਤਕਲੀਫ ਸੀ ਤੇ ਵਿੱਚੋਂ ਠੀਕ ਹੁੰਦਾ ਸੀ ਲੱਤਾਂ ਬੰਦੀਆਂ ਬੰਦ ਹੋ ਗਈਆਂ ਬਾਜੂ ਬੰਦ ਹੋ ਗਏ ਨੇ ਗੱਲ ਨਹੀਂ ਕਰ ਸਕਦੇ ਜ਼ੁਬਾਨ ਬਿਲਕੁਲ ਬੰਦ ਹੋ ਗਈ ਤੇ ਖੁਦ ਕੱਲ ਆਪ ਹੀ ਕਹਿ ਰਹੇ ਸੀ ਮੈਨੂੰ ਦਰਬਾਰ ਸਾਹਿਬ ਲੈ ਜਾਓ ਅਸੀਂ ਅੰਦਰ ਆ ਗਏ ਵੀਲ ਚੇਅਰ ਤੋਂ ਇੱਥੇ ਆ ਗਿਆ ਦਰਬਾਰ ਸਾਹਿਬ ਅੰਦਰ ਤੇ ਅੰਦਰ ਕਹਿਣਾ ਸੇਵਾਦਾਰ ਨਹੀਂ ਅੰਦਰ ਵੀਲ ਚੇਅਰ ਅੰਦਰ ਇਜਾਜ਼ਤ ਨਹੀਂ ਤੇ ਸੇਵਾਦਾਰ ਨੇ ਚੁੱਕਿਆ ਇਸਨੂੰ ਚੁੱਕ ਕੇ ਲੈ ਕੇ ਅੰਦਰ ਡੈਡੀ ਦਾ ਨਾਲ ਸੀ ਤੇ ਅੰਦਰ ਪੌਣੇ 11 ਪੁੱਜ ਅਰਦਾਸ ਹੋ ਗਿਆ ਇਹ ਕੋਸ਼ਿਸ਼ ਕਰਦੀ ਖੜਾ ਹੋਣ ਦੇ ਨਹੀਂ ਖੜਾ ਹੋ ਸਕਿਆ ਬਹੁਤ ਕੋਸ਼ਿਸ਼ ਕੀਤੀ ਉੱਠਿਆ ਖੜਾ ਹੋਇਆ ਫਿਰ ਡਿੱਗ ਗਿਆ ਭਾਈ ਸਾਹਿਬ ਕੁਛ ਨਹੀਂ ਕੋਈ ਰਾਤ ਉੱਠ ਗਿਆ ਸੀ ਉੱਠਿਆ ਜੀ ਫਿਰ ਠੀਕ ਉੱਠਿਆ ਅਰਦਾਸ ਹੋਇਆ ਸੀ ਤੇ ਬਿਲਕੁਲ ਖੜਾ ਹੋ ਗਿਆ ਹੱਥ ਖੁੱਲ ਗਏ ਬਾਜੂ ਖੁੱਲ ਗਏ ਤੇ ਉਸਦੇ ਬਾਅਦ ਮੇਰੀ ਜ਼ੁਬਾਨ ਨਹੀਂ ਆ ਰਹੀ ਕੁਛ ਆਵਾਜ਼ ਨਹੀਂ ਕੁਛ ਆ ਰਹੀ ਕੜਾ ਪ੍ਰਸ਼ਾਦ ਲਿੱਤੇ ਤੇ ਬਿਲਕੁਲ ਠੀਕ ਹੋ ਗਿਆ ਜੀ ਉੱਥੋਂ ਫਿਰ ਪੈਦਲ ਚੱਲ ਗਿਆ ਇਸ ਵਕਤ ਨੂੰ ਠੀਕ ਹੈ ਪਤਾ ਨਹੀਂ ਚੱਲਿਆ ਮੈਨੂੰ ਕਿਉਂ ਗਿਆ ਪੂਰੀ ਬਾਡੀ ਲੌਕ ਹੋ ਗਈ ਸੀ ਬਸ ਬੋਲ ਨਹੀਂ ਸਕਦਾ ਸੀ 1 month ਜੀ ਪਹਿਲੇ ਠੀਕ ਸੀ ਪੈਰ ਟੇਢੇ ਹੋ ਜਾਂਦੇ ਸੀ ਬਾਹਾਂ ਟੇਢੇ ਹੋ ਜਾਂਦੇ ਸੀ ਜੀ ਡਾਕਟਰ ਨੇ ਕਿਹਾ ਬਿਲਕੁਲ ਨੋਰਮਲ ਹੈ ਬਸ ਵਾਹਿਗੁਰੂ ਦੀ ਮਿਹਰ ਬਸ ਗੁਰੂ ਰਾਮਦਾਸ ਜੀ ਮਿਹਰ ਬਸ ਇਹੋ ਕਹਿਣਾ ਚਾਹੁੰਦਾ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਵਿੱਚ ਠੀਕ ਹੋਏ ਇਸ ਪਰਮਿੰਦਰ ਦੀ ਚਰਚਾ ਚਾਰੇ ਪਾਸੇ ਹੈ ਅਤੇ ਗੁਰੂ ਤੇ ਆਸਥਾ ਰੱਖਣ ਵਾਲਿਆਂ ਦੀ ਆਸਥਾ ਹੋਰ ਡੂੰਘੀ ਹੋ ਗਈ ਹੈ